ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਪੰਜਾਬੀ ਸਿੰਗਰ ਜੱਸੀ ਗਿੱਲ ਦੀ ਡੈਬਿਊ ਫਿਲਮ ਹੈਪੀ ਫਿਰ ਭਾਗ ਜਾਏਗੀ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਇਹ ਫਿਲਮ 2016 ਵਿੱਚ ਆਈ ਫਿਲਮ ਹੈਪੀ ਭਾਗ ਜਾਏਗੀ ਦਾ ਦੂਸਰਾ ਸੀਕਵਲ ਹੈ। ਇਸ ਫਿਲਮ ਦੇ ਪਹਿਲੇ ਸੀਕਵਲ ਵਿੱਚ ਡਾਇਨਾ ਪੈਂਟੀ, ਅਭੇ ਦਿਓਲ ਅਤੇ ਜਿਮੀ ਸ਼ੇਰਗਿੱਲ ਨਜ਼ਰ ਆਏ ਸਨ ਅਤੇ ਇਹ ਫਿਲਮ ਇੱਕ ਹਿੱਟ ਸਾਬਿਤ ਹੋਈ ਸੀ। ਪਰ ਇਸ ਸੀਕਵਲ ਵਿੱਚ ਇਸ ਫਿਲਮ ਵਿੱਚ ਸੋਨਾਕਸ਼ੀ ਸਿਨਹਾ ਅਤੇ ਜੱਸੀ ਗਿੱਲ ਦੀ ਐਂਟਰੀ ਹੋਈ ਹੈ। ਖਬਰ ਆ ਰਹੀ ਹੈ ਕਿ ਪੰਜਾਬੀ ਗਾਇਕ ਜੱਸੀ ਗਿੱਲ ਨੂੰ ਇਸ ਫਿਲਮ ਵਿੱਚ ਲੀਡ ਰੋਲ ਮਿਲਿਆ ਹੈ। ਟ੍ਰੇਲਰ ਵਿੱਚ ਵੀ ਜੱਸੀ ਗਿੱਲ ਅਤੇ ਸੋਨਾਕਸ਼ੀ ਸਿਨਹਾ ਦੀ ਕੈਮਿਸਟਰੀ ਕਾਫੀ ਵਧੀਆ ਨਜ਼ਰ ਆ ਰਹੀ ਹੈ। ਇਸ ਫਿਲਮ ਵਿੱਚ ਜੱਸੀ ਗਿੱਲ ਖੁਸ਼ਵੰਤ ਸਿੰਘ ਗਿੱਲ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸੋਨਾਕਸ਼ੀ ਸਿਨਹਾ ਵੀ ਨਵਜੋਤ ਕੌਰ ਹੈਪੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਟ੍ਰੇਲਰ ਬਹੁਤ ਸਾਰੀ ਮੌਜ ਮਸਤੀ ਅਤੇ ਕਨਫਿਊਜ਼ਨ ਨਾਲ ਭਰਿਆ ਹੋਇਆ ਹੈ। ਪ੍ਰੋਡਿਊਸਰ ਆਨੰਦ ਐਲ ਰਾਏ ਦੀ ਇਸ ਫਿਲਮ ਨੂੰ ਮੁਦੱਸਰ ਅਜੀਜ਼ ਨੇ ਨਿਰਦੇਸ਼ਿਤ ਕੀਤਾ ਹੈ। ਹੈਪੀ ਫਿਰ ਭਾਗ ਜਾਏਗੀ ਫਿਲਮ ਵਿੱਚ ਵੀ ਪਹਿਲੀ ਫਿਲਮ ਦੇ ਵਾਂਗ ਹੀ ਅਲੀ ਫੈਜ਼ਲ, ਜਿਮੀ ਸ਼ੇਰਗਿੱਲ, ਪਿਊਸ਼ ਮਿਸ਼ਰਾ ਅਤੇ ਡਾਇਨਾ ਪੈਂਟੀ ਵਰਗੇ ਸਿਤਾਰੇ ਹੋਣਗੇ। ਸੋ ਇਹ ਫਿਲਮ ਹੋਣ ਜਾ ਰਹੀ ਹੈ ਜੀ 24 ਅਗਸਤ 2018 ਨੂੰ ਲਈ। ਜੇ ਤੁਸੀਂ ਵੀ ਉਹ ਜੱਸੀ ਗਿੱਲ ਦੇ ਫੈਨ ਤਾਂ ਤਿਆਰ ਹੋ ਜਾਓ ਜੱਸੀ ਗਿੱਲ ਦੀ ਡੈਬਿਊ ਬਾਲੀਵੁੱਡ ਫਿਲਮ ਹੈਪੀ ਫਿਰ ਭਾਗ ਜਾਏਗੀ ਦੇ ਲਈ। ਬਿਊਰੋ ਰਿਪੋਰਟ, ਦਾ ਐਨ ਆਰ ਆਈ ਟੀਵੀ।